ਗੁਰੂ ਨੇ ਸਾਨੂੰ ਕਿਹਾ ਕਿ ਸਿੰਪਲ ਵੇ ਆਫ ਲਾਈਫ ਅਸੀਂ ਅਡਾਪਟ ਕਰੀਏ ਤੇ ਖੁਸ਼ ਰਹੀਏ ਤੇ ਨਾਲ ਖੁਸ਼ਹਾਲੀ ਫਿਲਾਈਏ ਲੇਕਿਨ ਅੱਜ ਆਨੰਦ ਕਾਰਜ ਦਾ ਜਿਹੜਾ ਕਨਸੈਪਟ ਜਿਹੜਾ ਗੁਰੂ ਨੇ ਇੰਟਰੋਡਿਊਸ ਕੀਤਾ ਉਸ ਦੇ ਵਿੱਚ ਅਸੀਂ ਇੰਨਾ ਕੁਛ ਉਸ ਨੂੰ ਕੰਪਲਿਕੇਟ ਕਰ ਦਿੱਤਾ ਕਿ ਅੱਜ ਇਹ ਆਨੰਦ ਕਾਰਜ ਨਹੀਂ ਰਹਿ ਗਿਆ ਇਹ ਤਾਂ ਇੱਕ ਰਸਮ ਬਣ ਗਈ ਅਤੇ ਇਸ ਨੂੰ ਪੂਰਾ ਕਰਨ ਵਾਸਤੇ ਅਸੀਂ ਕੀ ਕੁਝ ਨਹੀਂ ਕਰ ਰਹੇ ਹੈਗੇ ਇਸ ਦੇ ਕਿਹੜੇ ਮਾੜੇ ਰਿਜ਼ਲਟਸ ਜਿਹੜੇ ਨੂੰ ਸਾਹਮਣੇ ਆ ਰਹੇ ਨੇ ਇਸ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਜੋ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਗਿਆ ਉਸ ਤੋਂ ਤੁਹਾਨੂੰ ਜਾਣੂ ਕਰਾ ਰਹੇ ਹਾਂ ਔ ਕੁਝ ਹੋਰ ਜਾਣਕਾਰੀ ਲਈ ਜੀ ਭਾਈ ਸਾਹਿਬ ਆਹ ਉਹਨੇ ਤੁਸੀਂ ਬੜੀ ਪਿਆਰੀ ਗੱਲ ਸ਼ੁਰੂਆਤ ਚ ਕੀਤੀ ਹੈ ਖੁਸ਼ੀ ਤੇ ਖੇੜੇ ਦਾ ਜੀ ਆਨੰਦ ਹੈ ਹੀ ਖੁਸ਼ੀ ਹਮ ਸਚੇ ਪਾਤਸ਼ਾਹ ਨੇ ਆਨੰਦ ਸਾਹਿਬ ਦੀ ਪਾਵਨ ਪਾਣੀ ਦੇ ਵਿੱਚ ਬੜੀ ਪਿਆਰੀ ਲੰਬੀ ਡਿਟੇਲ ਕੀਤੀ 40 ਪੌੜੀਆਂ ਚ ਆਨੰਦ ਕੀ ਚੀਜ਼ ਹੈ ਜੀ ਐਸੇ ਕਰਕੇ ਗੁਰੂ ਸਾਹਿਬ ਨੇ ਫਿਰ ਨਾਲੇ ਵੀ ਗੱਲ ਕਹੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ ਬਿਲਕੁਲ ਗੁਰੂ ਕੋਲੋਂ ਗੁਰੂ ਦੀ ਮਤ ਲੈ ਕੇ ਜੋ ਆਨੰਦ ਆ ਜੋ ਖੇੜਾ ਉਹ ਕਿਤੇ ਨਹੀਂ ਲੱਭਣਾ ਜੀ ਚਾਹੀਦਾ ਤੇ ਇਹ ਕਿ ਦੋ ਪਰਿਵਾਰ ਖੇੜੇ ਤੇ ਆਨੰਦ ਵਿੱਚ ਮਿਲਾਪ ਕਰਨ ਇੱਕ ਦੂਜੇ ਨਾਲ ਜੁੜਨ ਜੇ ਇੱਕ ਪਰਿਵਾਰ ਵਿਚਾਰਾ ਡਰੀ ਜਾਂਦਾ ਵਾ ਕਿਤੇ ਮੇਰੇ ਕੋਲੋਂ ਕਿਤੇ ਅਧੂਰਾ ਨਾ ਰਹੇ ਲੜਕੀ ਵਾਲਾ ਹੱਥ ਹੀ ਜੋੜ ਕੇ ਰੱਖੂਗਾ ਤੇ ਲੜਕੇ ਵਾਲਾ ਆ ਨਾਕੜ ਕੇ ਬੈਠੂਗਾ ਵੀ ਮੈਂ ਇੱਥੇ ਧੀਰ ਅੱਜ ਜਦੀ ਨਹੀਂ ਲੈਣ ਆਇਆ ਮੈਂ ਅੱਜ ਲੜਕੇ ਮੈਂ ਤਾਂ ਇੱਥੇ ਡਾਕਾ ਮਾਰਨ ਆਇਆ ਜਾਂ ਕਹਿ ਲਓ ਕਿ ਮੈਂ ਆਪਣਾ ਮੁੰਡਾ ਵੇਚਣ ਆਇਆ ਹੂੰ ਮੁੰਡਾ ਵੇਚਣ ਵਾਲੀ ਗੱਲ ਹੈ ਜੇ ਅਸੀਂ ਲੜਕੀ ਕੋਲੋਂ ਦਾਜ ਮੰਗਦੇ ਆ ਧਨ ਮੰਗਦੇ ਆ ਇਹ ਸਾਰਾ ਉਹ ਹੀ ਸਿਸਟਮ ਆ ਹੂੰ ਉਹਦੇ ਵਿੱਚ ਮੈਂ ਕਦੀ ਮੈਂ ਜਿੰਨੇ ਵੀ ਵਿਆਹ ਟੈਂਡ ਕਰਦਾ ਮੈਂ ਬਿਨਾਂ ਵੀ ਹਰ ਇੱਕ ਦੇ ਚਿਹਰੇ ਦੇ ਉੱਪਰ ਜਦ ਤੱਕ ਵਿਆਹ ਨਹੀਂ ਪੂਗਤਦਾ ਨਾ ਲੜਕੀ ਵਾਲੇ ਦੇ ਚਿਹਰੇ ਦੇ ਉੱਪਰ ਤੇ ਇਤਰਾ ਟੈਨਸ਼ਨ ਹੁੰਦੀ ਆ ਉਹਦੀ ਖੇੜੇ ਵਾਲੀ ਗੱਲ ਹੀ ਹੋ ਰ ਜੀਵਨ ਚ ਮੁੱਕ ਜਾਂਦੀ। ਕੇਵਲ ਭੰਗੜੇ ਪਾਉਣੇ ਆਨੰਦ ਨਹੀਂਗਾ। ਜੀ। ਕੇਵਲ ਸ਼ਰਾਬਾਂ ਦੇ ਬੋਤਲ ਡੱਕੜ ਕਾ ਲੈ ਬੋਤਲਾਂ ਖੜਕਾ ਲੀਆਂ ਨੱਚ ਲਿਆ ਡਾਂਸ ਡਾਂਸ ਕਰ ਲਿਆ ਨਹੀਂ। ਆਨੰਦ ਤੇ ਉਹ ਰੀਤ ਆ ਜਿਹਨੂੰ ਦੋ ਪਰਿਵਾਰ ਗੁਰੂ ਦੇ ਚਰਨਾਂ ਚ ਬੈ ਕੇ ਗੁਰਮਤ ਮਰਿਆਦਾ ਮੁਤਾਬਕ ਗੁਰਬਾਣੀ ਪੜ੍ਹ ਕੇ ਗੁਰੂ ਦੀ ਵਿਚਾਰ ਕਰਕੇ ਲਾਵਾਂ ਚਾਰ ਲਾਵਾਂ ਇਨੀਆਂ ਪਿਆਰੀਆਂ ਸਾਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ੀਆਂ। ਓਟਾਨ ਕੋਟ ਸ਼ੁਕਰਿਆਤਨ ਗੁਰੂ ਰਾਮਦਾਸ ਸਾਹਿਬ ਜੀ ਦਾ। ਰਾਈਟ ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਉਹ ਗੁਰੂ ਰਾਮਦਾਸ ਸਾਹਿਬ ਜਿਹਨੂੰ ساری ਉਮਰ ਨਾ ਮਾਮੇ ਨੇ ਨਾ ਚਾਚਿਆਂ ਨੇ ਹੱਥ ਲਾਇਆ ਨਾ ਮਾਮਿਆਂ ਨੇ ਇੱਥੋਂ ਤੱਕ ਅਨਾਥ ਹੀ ਕਹਿੰਦੇ ਰਹੇ ਜੀ ਅੱਜ ਉਸੇ ਸੋਢੀ ਸੁਲਤਾਨ ਪਾਸ਼ਾ ਦੀਆਂ ਚਾਰ ਲਾਵਾਂ ਸਾਰੀ ਦੁਨੀਆ ਉਹਨੂੰ ਇੱਥੇ ਤੱਕ ਕਹਿੰਦੇ ਸੀ ਲੋਕ ਵੀ ਤੇਰਾ ਵਿਆਹ ਨਹੀਂ ਹੋਣਾ ਤੇਰਾ ਵਿਆਹ ਕੌਣ ਕਰੂਗਾ ਬੀਬੀ ਭਾਨੀ ਦਾ ਰਿਸ਼ਤਾ ਜਦ ਗੁਰੂ ਰਾਮਦਾਸ ਸਾਹਿਬ ਨਾਲ ਹੋਇਆ ਤੇ ਇੰਨੀ ਕਿਰਪਾ ਰਹਿਮਤ ਬਣੀ ਬੜੀ ਖੇੜੇ ਵਿੱਚ ਸਾਰੇ ਕੰਮ ਹੋਏ ਜੀ ਤੇ ਅੱਜ ਉਹ ਹੀ ਉਹ ਤੁਹਾਨੂੰ ਗੁਰੂ ਰਾਮਦਾਸ ਸਾਰੀ ਦੁਨੀਆ ਦੇ ਵਿਆਹ ਕਰਾਉਂਦਾ ਸਾਰੇ ਸਿੱਖਾਂ ਦੇ ਵਿਆਹ ਕਰਾਉਂਦਾ ਜਿਸ ਵਿਆਹ ਨੂੰ ਕਰਕੇ ਖੇੜਾ ਤੇ ਆਨੰਦ ਹੋਵੇ ਸਭਨਾ ਸੌਰੇ ਵੰਜਣਾ ਸਭ ਮੁਕਲਾ ਬਨਹਾਰ ਕਿੰਨੀ ਪਿਆਰੀ ਗੁਰਬਾਣੀ ਦੀ ਪੰਕਤੀ ਆ ਇਸੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਡੇ ਜੀਵਨ ਦੇ ਵਿੱਚ ਇਹ ਚੀਜ਼ਾਂ ਸਾਡੀ ਝੋਲੀ ਚ ਪਾਈਆਂ ਵੀ ਖੇੜੇ ਚ ਰਹੇ ਖੁਸ਼ੀ ਰਹੇ ਆਨੰਦ ਰਵੇ ਤੇਰੇ ਜੀਵਨ ਦੇ ਵਿੱਚ ਪਰ ਆਨੰਦ ਉਦੋਂ ਤੱਕ ਨਹੀਂ ਆਉਣਾ ਜਦ ਤੱਕ ਅਸੀਂ ਗੁਰੂ ਦੀ ਮਤ ਨਹੀਂ ਤਾਰਨ ਕਰਦੇ ਜੀ ਜਦ ਤੱਕ ਸਾਡੀ ਮਨਮਤ ਵਿੱਚ ਚੱਲ ਰਹੀ ਆ ਨਾ ਅਸੀਂ ਪਤਰੀਆਂ ਬਚਾਉਨੇ ਆ ਜਾਂ ਕਿ ਟੇਵੇ ਲਵਾਉਨੇ ਆ ਪੰਡਤਾਂ ਨੂੰ ਪੁੱਛਦੇ ਆ ਮੈਨੂੰ ਅੱਜ ਵੀ ਚੇਤੇ ਆ ਮੈਂ ਕਪੂਰਥਲੇ ਇੱਕ ਹੈਗੇ ਆ ਬਾਣੀ ਹੈਗੇ ਜਿਨ੍ਹਾਂ ਕੋਲੋਂ ਕੱਪੜਾ ਲੈਣਾ ਮੈਂ ਉਹ ਮੈਨੂੰ ਕਹਿਣ ਇੱਕ ਦਿਨ ਹਿੰਦੂ ਜੈਂਟਲਮੈਨ ਆ ਤੇ ਉਹ ਮੈਨੂੰ ਕਹਿਣ ਭਾਈ ਸਾਹਿਬ ਅਸੀਂ ਤੁਹਾਡੇ ਤੋਂ ਤੁਹਾਡੀ ਕਥਾ ਵੀ ਸੁਣਦੇ ਆ ਤੇ ਬੜੇ ਪ੍ਰਭਾਵਿਤ ਹੁੰਨੇ ਆ ਹਾਂ ਪੰਚ ਮੰਦਰ ਲੱਗ ਗਿਆ ਉੱਥੇ ਕਬੂਰਤਲੇ ਦੇ ਕਹਿੰਦੇ ਇੱਥੇ ਨਾ ਅਸੀਂ ਨਹੀਂ ਜਾਂਦੇ ਹੁਣ ਜੀ ਅਸੀਂ Hindu ਹੋ ਕੇ ਨਹੀਂ ਜਾਂਦੇ ਕਿ ਅਸੀਂ ਇਹ ਕਰਮ ਕਾਂਡ ਰਸਮ ਰਿਵਾਜਾਂ ਨੂੰ ਕੱਢ ਦਿੱਤਾ ਜੀਵਨ ਚੋਂ ਜੀ ਜਿੰਨਾ ਸਾਨੂੰ ਗੁਰਦੁਆਰੇ ਜਾ ਕੇ ਆਨੰਦ ਆਉਂਦਾ ਇਹਨਾ ਕਿਤੇ ਨਹੀਂ ਆਉਂਦਾ ਕਹਿੰਦਾ ਪਰ ਤੁਸੀਂ ਮੇਰੇ ਕੋਲ ਨੋਟ ਕਰ ਲਓ ਕਹਿੰਦਾ ਬੁੱਧਵਾਰ ਵੀਰਵਾਰ ਤੁਸੀਂ ਆਗੇ ਵੇਖ ਲਿਓ ਕਹਿੰਦਾ ਸਭ ਤੋਂ ਜਿਆਦਾਆਂ ਗੱਡੀਆਂ ਤੁਹਾਨੂੰ ਸਰਦਾਰਾਂ ਦੀਆਂ ਖਲੋਤੀਆਂ ਨਜ਼ਰ ਆਉਣਗੀਆਂ ਕੰਡੇ ਪੰਡਤ ਅਮੀਰ ਕਰ ਦਿੱਤੇ ਇਹਨਾਂ ਨੇ ਕਹਿੰਦਾ ਜਿਹੜੇ ਪੰਡਤ ਸਾਡੇ ਕੋਲ ਆਏ ਗੱਜ-ਗੱਜ ਕੱਪੜਾ ਮੰਗਦੇ ਸੀ ਅੱਜ ਕਹਿੰਦੇ ਉਹ ਸਿਲਕ ਦੇ ਚੋਲੇ ਪਾਉਂਦੇ ਠੀਕ ਐਡੇ ਅਮੀਰ ਕਰਤੇ ਪੱਤਰੀਆਂ ਬਚਾ-ਬਚਾ ਕੇ ਬਸ ਮੈਂ ਪੱਤਰੀ ਵਿਚਾਲ ਲਵਾ ਆਹ ਕਰ ਲਵਾ ਉਹ ਕਰ ਲਵਾ ਬਿਲਕੁਲ ਸਿੱਧਾ ਪੁਆਇੰਟ ਆ ਆਨੰਦ ਦਾ ਦਿਨ ਮੁਕਰਰ ਕਰਨ ਲੱਗੇ ਆ ਕੋਈ ਥਿਤ ਚੰਗੇ ਮੰਦੇ ਦਿਨ ਦੀ ਖੋਜ ਕਰਨ ਲਈ ਪੱਤਰੀ ਵਾਚਣਾ ਮਨਮਤ ਆ। ਹੂੰ ਹੂੰ। ਕੋਈ ਦਿਨ ਜੋ ਦੋ ਧਿਰਾਂ ਆਪਸ ਵਿੱਚ ਰਾਹ ਕਰਕੇ ਚੰਗਾ ਦਿਸੇ ਨਿਯਤ ਕਰ ਲੈਣਾ ਚਾਹੀਦਾ। ਕਿੰਨਾ ਸੌਖਾ ਪੁਆਇੰਟ ਆ ਜਿਹਦੇ ਵਿੱਚ ਕੋਈ ਡਿਫਰੈਂਸ ਕ੍ਰੀਏਟ ਹੀ ਨਹੀਂ ਹੋ ਸਕਦੇ। ਫਿਰ ਅੱਗੇ ਸਿਹਰਾ ਆ ਅੱਜ ਸਾਡੇ ਦੇ ਵਿੱਚ ਵੀ ਆ ਵੀ ਸਿੱਖ ਪੰਜਾਬੀ ਪਰਿਵਾਰ ਅੱਜ ਸਿਹਰੇ ਬੰਦੇ ਆ। ਹੁਣ ਮੈਂ ਦੱਸਣਾ ਚਾਹਣਾ ਇਹ ਤੇ ਬੜੀ ਡਿਟੇਲ ਹੋ ਜਾਣੀ ਥੋੜੀ ਜੀ ਗੱਲ ਦੀ ਸਿਹਰਾ ਕਿੱਥੋਂ ਆਇਆ। ਹੂੰ ਹੂੰ। ਭਾਈ ਕਾਨ ਸਿੰਘ ਨਾਬੇ ਨੇ ਆਪਣੀ ਪੁਸਤਕ ਦੇ ਵਿੱਚ ਲਿਖਿਆ ਵਾ ਐਕਚੁਅਲੀ ਕਿਸੇ ਬੱਚੇ ਦਾ ਜਿੱਦ ਤਰ੍ਹਾਂ ਕਹ ਲਓ ਇਹ ਜਿੱਦਨ ਰੀਤ ਚੱਲੀ ਜੋ ਪੰਜਾਬ ਦੀ ਰੀਤ ਤੋਂ ਪਹਿਲਾਂ ਦੀ ਜਿਹੜੀ ਰੀਤ ਚੱਲੀ ਜਿਹੜੀ ਪੰਜਾਬੀਅਤ ਵਿੱਚ ਵੇਖੋ ਮੈਂ ਅਕਸਰ ਬੇਨਤੀ ਕਰਦਾ ਇੱਕ ਪੰਜਾਬੀ ਸੱਭਿਆਚਾਰ ਤੇ ਸਿੱਖ ਸੱਭਿਆਚਾਰ ਦੋਵਾਂ 'ਚ ਬੜਾ ਫਰਕ ਹੈ ਜੀ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜਾ ਵੀ ਉਸ ਪੰਜਾਬ ਦੀ ਧਰਤੀ ਰਹਿੰਦਾ ਭਾਵੇਂ ਉਹ Hindu ਰਹਿੰਦਾ ਭਾਵੇਂ ਉਹ Musalman ਰਹਿੰਦਾ ਹਰ ਉਹ ਪੰਜਾਬੀ ਆ ਜਿਹੜਾ ਉਸ ਪੰਜਾਬੀ ਭਾਸ਼ਾ ਨਾਲ ਜੁੜਿਆ ਪਰ ਸਾਡਾ ਸਿੱਖ ਸੱਭਿਆਚਾਰ ਉਹਨਾਂ ਤੋਂ ਜੁਦਾ ਸਿੱਖ ਦੀ ਆਪਣੀ ਰਹਿਣੀਆ ਆਪਣੀ ਬਹਿਣੀਆ ਆਪਣੀ ਕਲੋਨੀ ਆਪਣੀ ਸੋਣੀ ਆਪਣਾ ਹੱਸਣਾ ਸਭ ਕੁਝ ਜੀ ਹੁਣ ਅਨਜੜਾ ਸੇਹਰਾ ਬੰਨਣ ਦੀ ਗੱਲ ਜਿਹੜੀ ਉਹਨਾਂ ਨੇ ਬੜੀ ਕਮਾਲ ਦੀ ਲਿਖੀ ਹੈ ਬੜਾ ਹਾਸ ਰਸ ਜਿਹੜਾ ਉਹਨਾਂ ਨੇ ਪੈਦਾ ਕੀਤਾ ਉਹ ਕਹਿੰਦੇ ਹੋਇਆ ਕੀ ਕਿ ਇੱਕ ਵਾਰੀ ਇੱਕ ਮੁੰਡੇ ਦੀਆਂ ਅੱਖਾਂ ਦੋਵੇਂ ਅੰਨੀਆਂ ਸੀ ਉਹ ਪਰਿਵਾਰ ਨੂੰ ਪਤਾ ਨਾ ਲੱਗੇ ਇਸ ਕਰਕੇ ਉਹਨਾਂ ਨੇ ਮਤਲਬ ਕਿ ਉਹਦੇ ਮੂੰਹ ਤੇ ਸੇਹਰਾ ਬੰਨ ਦਿੱਤਾ ਉਹ ਬੰਨੀਆਂ ਸੀ ਉਹ ਕੱਪੜੇ ਦਾ ਤੇ ਅੱਜ ਉਹਨਾਂ ਨੇ ਕੀਤਾ ਅੱਜ ਡੈਕੋਰੇਸ਼ਨ ਚਿੰਨੀ ਅੱਜ ਬਾਣੀਆਂ ਵਪਾਰੀ ਜਿੰਨਾਂ ਅੱਜ ਇਸ ਸੇਰੇ ਦੇ ਉੱਪਰ ਪੈਸਾ ਕਮਾਰਿਆ ਆ ਸੇਰਾ ਤੁਸੀਂ ਲੈਣ ਜਾਓ ਜਿਹੜਾ ਸੇਰਾ ਆਮ ਤੁਸੀਂ ਨੋਰਮਲ ਦਿਨਾਂ ਚ ਲਓ ਤੇ ਉਹ 20 2500 ਜਾਂ 200 ਜਾਂ 100 ਦਾ ਆਜੂਗਾ 5 5000 ਦੇ ਸੇਰੇ ਆ ਅੱਛਾ ਜੀ ਦੱਸੋ ਤੁਸੀਂ ਇਹੋ ਜੀ ਗੱਲਾਂ ਜਿਹੜੀਆਂ ਫਿਰ ਉੱਪਰ ਕਲਗੀ ਕਲਗੀ ਵੀ ਮੈਂ ਲਾਉਣੀ ਆ ਨਾਲ ਸੇਰਾ ਵੀ ਬੰਨਣਾ ਵਾ ਹੁਣ ਇੱਥੇ ਲਿਖਿਆ ਸੇਰਾ ਮੁਕਟ ਜਾਂ ਗਾਨਾ ਬੰਨਣਾ ਮੁਕਟ ਜਿਹੜੇ ਹਿੰਦੂ ਰੀਤ ਮੁਤਾਬਕ ਮੁਕਟ ਪਾਇਆ ਜਾਂਦਾ ਗਾਨਾ ਬੰਨਣਾ ਜਿਹੜਾ ਹੱਥ ਉੱਪਰ ਆਪਾਂ ਲਾਲ ਰੰਗ ਦੀ ਡੋਰੀ ਬੰ ਉਹ ਗਾਨਾ ਕਿੱਥੋਂ ਆਇਆ ਇਹ ਔਰ ਦੀ ਗੁਲਾਮੀ ਦਾ ਪ੍ਰਤੀਕ ਸੀ ਜਦੋਂ ਵੱਡੇ ਰਾਜੇ ਕਿਸੇ ਦੇਸ਼ ਕਿਸੇ ਯੁੱਧ ਨੂੰ ਜਿੱਤਣ ਜਾਂਦੇ ਸੀ ਉਹਨਾਂ ਨੂੰ ਜਿੱਤ ਜਿੱਤ ਦੀ ਅਸੀਸ ਦੇਣ ਵਾਸਤੇ ਉਹਨਾਂ ਦੇ ਹੱਥ ਵਿੱਚ ਗਾਨਾ ਬਣਿਆ ਜਾਂਦਾ ਸੀ ਜੀ ਅੱਜ ਸਾਡੀ ਸੇਕ ਕਮ ਨੇ ਉਹ ਗਾਨਾ ਇਹ ਗੁਰੂ ਨਾਨਕ ਨੇ ਇੱਕ ਬੰਨੇ ਆਖਿਆ ਗੁਰੂ ਨਾਨਕ ਪਾਠ ਸਕੈਂਡਰੀ ਸਕੂਲ ਮੰਦਾ ਕਿ ਜਿੱਤ ਜਮੇਰਾ ਜਾਨ ਔਰਤ ਨੂੰ ਬਰਾਬਰ ਮਾਨ ਦਰਜਾ ਦਿੱਤਾ ਦੂਜੇ ਬੰਨੇ ਅਸੀਂ ਘਰੋਂ ਹੀ ਜਦ ਇਹ ਸੋਚ ਬਣਾ ਕੇ ਚੱਲਿਆਂ ਕਿ ਮੈਂ ਔਰਤ ਨੂੰ ਜਿੱਤਨ ਤੁਰਿਆ ਹਮ ਸਵੰਬਰਾਂ ਵਿੱਚ ਪਹਿਲਾਂ ਸਵੰਬਰ ਹੁੰਦੇ ਸੀ ਸਵੰਬਰਾਂ ਵਿੱਚ ਔਰਤ ਨੂੰ ਜਿੱਤਨ ਜਾਣ ਲੱਗੇ ਗਾਨਾ ਬਣਿਆ ਜਾਂਦਾ ਸੀ ਬੀ ਸਵਾਂਬਰ ਜਿੱਤਣ ਚੱਲਿਆ ਵਾ ਉਦੋਂ ਮਾਲਕ ਸਵਾਂਬਰ ਧਾਰਨ ਕੀਤੇ ਜਾਂਦੇ ਸੀ ਇਹ ਗਾਨਾ ਬਣ ਕੇ ਜਿੱਤ ਕੇ ਲਿਆਊਗਾ ਏ ਅੱਜ ਉੱਥੇ ਹਜ਼ਾਰਾਂ ਰਾਜੇ ਬੈਠੇ ਹੋਣਗੇ ਉੱਚੋ ਇੱਕ ਬੰਦਾ ਜਿੱਤ ਕੇ ਆਊਗਾ ਇਹ ਗਾਨਾ ਜਿੱਤ ਦੀ ਖੁਸ਼ੀ ਵਿੱਚ ਬਣਿਆ ਜਾਂਦਾ ਸੀ ਅੱਜ ਕਿਹੜੀ ਲੋੜ ਪੈ ਗਈ ਅੱਜ ਤੱਕ ਗਾਨਾ ਨਾ ਬਣਿਆ ਜਾਵੇ ਤਾਂ ਕਹਿੰਦੇ ਸਾਡੇ ਪੁੱਤ ਦਾ ਵਿਆਹ ਹੀ ਨਹੀਂ ਹੋਣਾ ਅੱਜ ਇਹ ਗਾਨਾ ਵੀ ਆ ਗਿਆ ਸਾਡੇ ਚ ਪਿਤਰ ਪੂਜਣੇ ਫਿਰ ਜੀ ਹੁਣ ਜਾ ਕੇ ਪਹਿਲਾਂ ਜਾ ਕੇ ਮੜੀਆਂ ਚ ਦੀਵਾ ਬਾਲ ਕੇ ਆਓ ਪਿਤਰਾਂ ਦੇ ਨਾਮ ਦਾ ਗੁਰਮਤ ਵਿੱਚ ਇਹ ਚੀਜ਼ ਬਿਲਕੁਲ ਪਰਵਾਹ ਨਹੀਂ ਪਿੱਤਰ ਕੋਈ ਜਿਹੜੇ ਹਰ ਤੁਸੀਂ ਵੇਖੋ ਗੁਰਨਾਨਕ ਬਾਸ਼ਾ ਜੀ ਹਰਦਵਾਰ ਦੀ ਧਰਤੀ ਤੇ ਉਹਨਾਂ ਨੂੰ ਕਿੰਨੇ ਵੀ ਤੁਸੀਂ ਪਿੱਤਰਾਂ ਨੂੰ ਪਾਣੀ ਪਾ ਰਹੇ ਹੋ ਵੀ ਇਹ ਪਿੱਤਰ ਤੁਹਾਡੇ ਇੱਥੇ ਮੌਜੂਦ ਹੈ ਮੇਰੀ ਤਲਵੰਡੀ ਲਾਗੇ ਇੱਥੇ 300 ਕੋਹ ਤੇ ਆ ਉੱਥੇ ਪਾਣੀ ਨਹੀਂ ਪਹੁੰਚਦਾ ਤੁਹਾਡੇ ਪਿੱਤਰਾਂ ਤੱਕ ਕਿਵੇਂ ਪਹੁੰਚੋ ਜਿਹੜੀਆਂ ਚੀਜ਼ਾਂ ਗੁਰਨਾਨਕ ਬਾਸ਼ਾ ਨੇ ਸਾਡੇ ਜੀਵਨ ਚੋਂ ਕੱਢੀਆਂ ਉਹ ਸਾਰੀਆਂ ਆਪਣੇ ਜੀਵਨ ਚ ਅਸੀਂ ਲੈ ਆਂਦੀਆਂ ਪਿੱਤਰ ਪੁੱਜਣੇ ਕੱਚੀ ਲੱਸੀ ਵਿੱਚ ਪੈਰ ਪਾਉਣਾ ਆੜੇ ਕੱਤੀ ਲੱਸੀ ਵਿੱਚ ਆਪਾਂ ਤੁਰਨ ਲੱਗੇ ਆਂ ਜੀ ਪੈਰ ਪਾਉ ਜੀ ਪਹਿਲਾਂ ਮੁੰਡੇ ਨੂੰ ਤਾਂ ਅੱਗੇ ਤੁਰਨਾ ਲੜਕੀ ਦੇ ਪੈਰ ਪਾਉ ਕੱਤੀ ਲੱਸੀ ਦੇ ਵਿੱਚ 베ਰੀ ਜਾਂ ਝੰਡੀ ਵੱਢਣੀ ਹਮ ਆਮ ਕਰਕੇ ਇਹ ਰੀਤ ਰਵਾਜ ਚੱਲ ਪਈ 베ਰੀ ਝੰਡੀ ਵੱਢਣੀ 베 ਝੰਡੀ ਵੱਢਣ ਦਾ ਇੱਕ ਕਿੱਥੋਂ ਆਇਆ ਇਹ ਝੰਡੀ ਵੱਢਣ ਕੋਈ ਸਿੱਖ ਧਰਮ ਦੀ ਮਰਿਆਦਾ ਜਾਂ ਪਰੰਪਰਾ ਨਹੀਂ ਕੀ ਇਹ ਇੱਕ ਸਾਖੀ ਇਹੋ ਜੀ ਗੁਰਮਤ ਵਿੱਚ ਇਹਨਾਂ ਨੇ ਜੋੜੀ ਆ ਰੱਬ ਜਾਣੇ ਉਹ ਸਹੀ ਆ ਕਿਉਂਕਿ ਮੈਂ ਜਦੋਂ ਇਹਦੇ ਉੱਪਰ ਕਿਸੇ ਹੋਰ ਵਿਸ਼ਾ ਵੇ ਦੇ ਉੱਪਰ ਸੂਰਪ੍ਰਕਾਰ ਬਿਤੇਲ ਦਾ ਕਿਤੇ ਗੱਲ ਕਰੂੰਗਾ ਮੈਂ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੀ ਗੱਤ ਹੈ ਜਦੋਂ ਮੌਸਾ ਪਿੰਡ ਵਿਹਉਣ ਗਏ ਆ ਮਾਤਾ ਗੰਗਾ ਜੀ ਨੂੰ ਕਹਿੰਦੇ ਹੋਇਆ ਕਿ ਕਿ ਉਹਨਾਂ ਸਾਲੀਆਂ ਨੇ ਮਖੌਲ ਕੀਤਾ ਇੱਕ ਝੰਡ ਜਿਹੜੀ ਉਹ ਧਰਤੀ ਦੇ ਵਿੱਚ ਦਬ ਦਿੱਤੀ ਰੁੱਖ ਉੱਪਰੋਂ ਵੜ ਦਿੱਤਾ ਤੇ ਉਹ ਵਿੱਚੇ ਰਹਿਣ ਦਿੱਤੀ ਤੇ ਕਿਹਾ ਵੀ ਠੀਕ ਆ ਤੂੰ ਕੁੜੀ ਵਿਆਹ ਕੇ ਲੈ ਜਾ ਜੇ ਆ ਝੰਡ ਪਟ ਦਵੇਂ ਤੈਨੂੰ ਗੁਰੂ ਰਾਮਦਾਸ ਸਾਹਿਬ ਕਹਿੰਦੇ ਜੀ ਘੋੜੇ ਤੇ ਚੜੇ ਤੇ ਉਹਨਾਂ ਗੁਰੂ ਅਰਜਨ ਦੇਵ ਜੀ ਖਿਮਾ ਕਰਨਾ ਘੋੜੇ ਤੇ ਚੜੇ ਉਹਨਾਂ ਨੇ ਝੰਡ ਪਟ ਦਿੱਤੀ ਪੂਰੇ ਦਾ ਪੂਰਾ ਰੁੱਖ ਜੜੋਂ ਪਟ ਕੇ ਬਾਹਰ ਮਾਰਤਾ ਇਸ ਕਰਕੇ ਝੰਡੀ ਪਟਣੀ ਜਾਣ ਤੋਂ ਪਹਿਲਾਂ ਜੀ ਝੰਡੀ ਪਟ ਕੇ ਜਾਣੀ ਆ ਇੱਕ ਜ਼ੋਹਰ ਵਿਖਾ ਕੇ ਜਾਣਾ ਆਪਣਾ ਬਹਾਦਰੀ ਦਾ ਇਹ ਚੀਜ਼ਾਂ ਗੁਰਮਤ ਵਿੱਚ ਬਿਲਕੁਲ ਪਰਵਾਨ ਨੇ ਬਾਕੀ ਅੱਜ ਤੁਸੀਂ ਕੈਨੇਡਾ ਦੀ ਧਰਤੀ ਤੇ ਰਹਿੰਦੇ ਹੋ ਇੱਥੇ ਝੰਡੀ ਕਿੱਥੋਂ ਲਿਆਉਂਗੇ ਜੀ ਇੱਥੋਂ ਕਿੱਥੋਂ ਝੰਡੀ ਪਟੂਗੇ ਜਿਹੜੀ ਜਿਹੜੀਆਂ ਬਚੀਆਂ ਹੋਈਆਂ ਜੀ ਇਹ ਝੰਡੀਆਂ ਜੁੰਡੀਆਂ ਬਚੀਆਂ ਨੇ ਇਹ ਗੁਰਮਤ ਇਹ ਆਮ ਕਰਕੇ ਪਿੰਡਾਂ ਦੇ ਵਿੱਚ ਚੱਲਦੇ ਰਿਹਾ ਵਾ ਜਿਹੜੇ ਪ੍ਰਾਤਨ ਜਿਹੜੇ ਰੀਤੀ ਰਿਵਾਜ ਇਸੇ ਕਰਕੇ ਪੂਰੇ ਪੁਆਇੰਟ ਉਹਨਾਂ ਨੇ ਕਲੀਅਰ ਕੀਤਾ ਘੜੋਲੀ ਭਰਨੀ ਰਸਕੇ ਘੜੋਲੀ ਭਰਨੀ ਜਿਹੜਾ ਆਪਾਂ ਵਿਆਹ ਤੋਂ ਬਾਅਦ ਜਦੋਂ ਵਿਆਹ ਵਾਲੇ ਜਿਹਨ ਲੜਕਾ ਚੜਦਾ ਘੜੀ ਉਸ ਤੋਂ ਪਹਿਲਾਂ ਉਹਨੂੰ ਨਵਾਉਣ ਤੋਂ ਬਾਅਦ ਆ ਮਟਕੀਆਂ ਰੱਖੀਆਂ ਜਾਂਦੀਆਂ ਅੱਗੇ ਚੱਪੜੀਆਂ ਜੀ ਇਹਨੂੰ ਤੋੜ ਤੋਂ ਗੁਰਮਤ ਵਿੱਚ ਇਹੋ ਜੀ ਘੜੋਲੀ ਭਰਨੀ ਕਿਤੇ ਪਰਵਾਨ ਨਹੀਂ ਗਈ ਰਸਕੇ ਜਾਣਾ ਇਹ ਵੀ ਇੱਕ ਮਰਿਆਦਾ ਹੁੰਦੀ ਸੀ ਮੁੰਡਾ ਰਸਕੇ ਚੱਲਾ ਗਿਆ ਜੀ ਜੇ ਰਸਕੇ ਨਾ ਜਾਵੇ ਤੇ ਕੰਮ ਚੰਗਾ ਨਹੀਂ ਹੁੰਦਾ ਇਸ ਕਰਕੇ ਰਸਕੇ ਜਾਵੇ ਫਿਰ ਉਹਨੂੰ ਮਨਾਉਣਾ ਸਾਰਿਆਂ ਨਵੀ ਹੁਣ ਤੂੰ ਚੱਲ ਸਾਡੇ ਨਾਲ ਵੀ ਤੈਨੂੰ ਅਸੀਂ ਵਿਹਣ ਜਾਣਾ ਵਾ ਤੇਰੇ ਨਾਲ ਅਸੀਂ ਜਾਣਾ ਛੰਦ ਪੜਨੇ ਆ ਜਿਹੜੇ ਅੱਜ ਛੰਦ ਪੜੇ ਜਾਂਦੇ ਆ ਅੱਜ ਇਹ ਛੰਦ ਜਿਹੜੇ ਕਈ ਵਾਰੀ ਇੰਨੇ ਅਸ਼ਰੀਲਤਾ ਦੇ ਪੜੇ ਜਾਂਦੇ ਆ ਤੁਸੀਂ ਲਾਗੇ ਬੈ ਕੇ ਸੁਣ ਨਹੀਂ ਸਕਦੇ ਗੁਰਮਤ ਵਿੱਚ ਫਿਰ ਭਾਈ ਸੰਤੋਖ ਸਿੰਘ ਟੂੜਮਣੀ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਵਿਆਹਨ ਤੁਰੇ ਆ ਇਹ ਛੰਦ ਨਾਲ ਜੋੜ ਦਿੱਤੇ ਉੱਥੇ ਸਾਖੀਆਂ ਚ ਇਹ ਸਾਡੇ ਨਾਲ ਇਹੋ ਜਿਹਾ ਮਿਲ ਗੋਬਾ ਇਤਿਹਾਸ ਦੀਆਂ ਸਾਖੀਆਂ ਆ ਢਾਡੀ ਸਿੰਘ ਪ੍ਰਚਾਰ ਸੁਣਾਉਂਦੇ ਆ ਵਿਆਹਾਂ ਤੇ ਆਨੰਦ ਕਾਰਜਾਂ ਤੇ ਉਹ ਵੀ ਇਹੀ ਚੀਜ਼ਾਂ ਸੁਣਾਈ ਜਾਂਦੇ ਆ ਮਤਲਬ ਕਿ ਜਾਗਰੂਪਾ ਜਾਗਰੂਪਤਾ ਜਿਹੜੀ ਆਉਣੀ ਆ ਅਸੀਂ ਅਡਾਪਟ ਕਰਨ ਨੂੰ ਤਿਆਰ ਨਹੀਂ ਵੀ ਅਸੀਂ ਜਾਗਰੂਕ ਹੋਣਾ ਅਸੀਂ ਉਹੀ ਕਰਮ ਕਰੀ ਜਾ ਰਹੇ ਆ ਤੇ ਜੇ ਕੋਈ ਰੋਕਦਾ ਸਾਨੂੰ ਗੁੱਸਾ ਲੱਗਦਾ ਜੇ ਕੋਈ ਰੋਕਦਾ ਅੱਜ ਜਿੰਨਾ ਗੁਰਸਖ ਪ੍ਰਵਾਹ ਨੂੰ ਸਪੋਸ ਕਰੋ ਪਿਓ ਗੁਰਸਖਿਆ ਮਾਂ ਥੋੜੀ ਬਹੁਤੀ ਗੁਰਸਖਿਆ ਸਭ ਤੋਂ ਜ਼ਿਆਦਾ ਘਰ ਦੇ ਵਿੱਚ ਮੈਨੂੰ ਮਾਫ਼ ਕਰਦੇ ਹੋ ਜਿਹੜੇ ਔਰਤ ਗੁਰਬ ਨਾਲ ਨਹੀਂ ਨਾ ਜੁੜੀ ਜੇ ਉਹਦੇ ਵਿੱਚ ਗੁਰਮਤਿ ਸਿਧਾਂਤ ਨਹੀਂ ਹੈਗਾ ਪੰਗਾ ਪੈਣਾ ਹੀ ਪੈਣਾ ਲੜਾਈ ਪੈਣੀ ਪੈਣੀ ਜੀ ਉਨੇ ਕਹਿਣਾ ਵੀ ਮੈਂ ਤੇ ਆਪਣੇ ਮੁੰਡੇ ਦੇ ਸਾਰੇ ਵਿਆਹ ਰਸਮ ਰਵਾਜ ਕਰਨੇ ਆ ਹੁਣ ਬੰਦਾ ਜੁੜਿਆ ਗੁਰੂ ਸਿੱਖ ਦੇ ਨਾਲ ਉਹ ਗੁਰਬਾਣੀ ਨਾਲ ਜੁੜਿਆ ਗੁਰਮਤ ਮਰਿਆਦਾ ਨਾਲ ਜੁੜਿਆ ਉਹਦੇ ਵਾਸਤੇ ਬੜਾ ਔਖਾ ਹੋ ਜਾਂਦਾ ਈਵਨ ਸਾਨੂੰ ਰਾਗੀ ਸਿੰਘ ਪ੍ਰਚਾਰਕਾਂ ਦੇ ਘਰਾਂ 'ਚ ਮੈਂ ਜਿਨ੍ਹਾਂ ਦੇ ਵਿਆਹਾਂ ਤੇ ਜਾਂਦਾ ਕਈ ਵਾਰੀ ਵੇਨਾ ਵੀ ਉਹ ਹੈ ਕਥਾਵਾਚ ਗਿਆ ਰਾਗੀ ਸਿੰਘ ਆ ਪ੍ਰਚਾਰਕ ਸਿੰਘ ਉਹਨਾਂ ਦੇ ਘਰ ਚ ਸਾਰੇ ਕਰਮ ਹੁੰਦੇ ਹਮਮ ਕਾਰਨ ਇਹ ਕਿ ਉਹਨਾਂ ਦਾ ਆਪਣੇ ਘਰ ਜੋਰ ਨਹੀਂ ਤਾਂ ਕੰਟਰੋਲ ਹੀ ਨਹੀਂ ਜਾਏਗਾ ਕੰਟਰੋਲ ਹੀ ਨਹੀਂ ਹੈਗਾ ਔਰਤ ਜਿਹੜੀ ਆ ਉਹਨੂੰ ਪਤਾ ਹੀ ਨਹੀਂ ਗੁਰਮਤਿ ਸਿਧਾਂਤ ਕੀ ਹੈ ਮੈਂ ਆਪਣੀ ਕਮਜ਼ੋਰੀ ਦੱਸਦਾ ਸਾਡਾ ਫਰਜ ਕੀ ਆ ਅਸੀਂ ਲੋਕਾਂ ਨੂੰ ਪ੍ਰਚਾਰ ਆ ਲੋਕਾਂ ਨੂੰ ਦੱਸ ਰਹੇ ਆ ਸਾਡੀ ਘਰ ਦੀ ਨੂੰ ਪਤਾ ਹੀ ਨਹੀਂ ਧਰਮ ਕੀ ਹੈ राइट ਅਸੀਂ ਸਿਰਫ ਉਹਨੂੰ ਕੀ ਆ ਉਹਨੂੰ ਪਤਾ ਵੀ ਮਹੀਨੇ ਬਾਅਦ ਪੈਸੇ ਆ ਜਾਣੇ ਆ ਉਥੋਂ ਬਾਹਰੋਂ ਜਾਂ ਕੁਝ ਆਇਣਾ ਬਸ ਠੀਕ ਆ ਸਾਡੇ ਆਪਣੇ ਘਰ ਤੋਂ ਸਿੱਖੀ ਨਹੀਂਗੀ ਠੀਕ ਜਦ ਤੱਕ ਸਾਡੇ ਆਪਣੇ ਘਰ ਤੋਂ ਸਿੱਖੀ ਨੂੰ ਦੂਜੇ ਨੂੰ ਅਸੀਂ ਕੀ ਸਿੱਖੀ ਦਵਾਗੇ ਬਿਲਕੁਲ ਜੀ ਇਹੀ ਕਾਰਨ ਹੈ ਕਿ ਅੱਜ ਜਿਹੜਾ ਨਿਖਾਰ ਆ ਰਿਹਾ ਕਿ ਅਸੀਂ ਪ੍ਰਚਾਰ ਜਿਹੜਾ ਹੈਗਾ ਦੂਸਰਿਆਂ ਨੂੰ ਕਰ ਰਹੇ ਹਾਂ ਜਦ ਕਿ ਆਪਣੇ ਉੱਤੇ ਹੋਰ ਚੀਜ਼ ਲਾਗੂ ਨਹੀਂ ਕਰਦੇ ਤੇ ਘਰਾਂ ਵਿੱਚ ਸਾਡੇ ਇਹ ਸਭ ਕੁਝ ਚੱਲ ਰਿਹਾ ਤੇ ਅਸੀਂ ਦੂਸਰਿਆਂ ਨੂੰ ਕੀ ਕਹਿਣਾ ਬਿਲਕੁਲ ਬਾਹਰ ਹੁਣ ਸਵਾਲ ਆਉਂਦਾ ਹੈ ਜਿਹੜਾ ਤੁਸੀਂ ਇਹ ਗੱਲ ਕੀਤੀ ਹੈਗੀ ਹੈ ਕਿ ਇਹ ਕੁਝ ਕਸਟਮਸ ਜਿਹੜੇ ਹੈਗੇ ਨੇ ਹੁਣ ਅੱਜ ਅਸੀਂ ਜਿਹੜਾ ਪਿੱਛੇ ਇੱਕ ਪ੍ਰੋਗਰਾਮ ਕੀਤਾ ਸੀ ਉਸ ਤੋਂ ਬਾਅਦ ਕੁਝ ਸਵਾਲ ਆਏ ਪਹਿਨਾਂ ਨੇ ਕੀਤਾ ਫੋਨ ਤੇ ਕਿਹਾ ਕਿ ਕੀ ਅਸੀਂ ਹਰ ਚੀਜ਼ ਹੀ ਛੱਡ ਦਈਏ ਸਿੱਖ ਰਹਿਤ ਮਰਿਆਦਾ ਤਾਂ ਕੁਝ ਵੀ ਨਹੀਂ ਕਰਨ ਦਿੰਦੀ ਤਾਂ ਫਿਰ ਕਰੋ ਕੀ ਇਹ ਇਹ ਸਵਾਲ ਆਂਦਾ ਇਹਦੇ ਬਾਰੇ ਮੈਂ ਤੁਸੀਂ ਜਦੋਂ ਅਗਲੇ ਪੁਆਇੰਟਸ ਨੂੰ ਕਰੋਗੇ ਤੇ ਮੈਂ ਚਾਹਾਂਗਾ ਜ਼ਰੂਰ ਇਹਦਾ ਵੀ ਆਨਸਰ ਜ਼ਰੂਰ ਗੱਲ ਇਹ ਕਿ ਵੇਖੋ ਜੇ ਆਨੰਦ ਕਾਰਜ ਗੁਰਮਤ ਮਰਿਆਦਾ ਜੇ ਆਪਾਂ ਆਪਣੇ ਆਪ ਨੂੰ ਸਿੱਖ ਕਹਿੰਨੇ ਆ ਸੱਚੇ ਪਾਤਸ਼ਾਹ ਨੇ ਸਭ ਕੁਝ ਛਡਾ ਦਿੱਤਾ ਜੋ ਪੁਰਾਤਨ ਰੀਤ ਰਵਾਜ਼ ਸੀ ਜੋ ਪ੍ਰਾਤਨ Hindu ਮਰਿਆਦਾ ਨਾਲ ਜੁੜੀਆਂ ਹੋਈਆਂ ਚੀਜ਼ਾਂ ਸੀ ਉਹ ਸਾਰੀਆਂ ਸਾਡੇ ਜੀਵਨ ਚੋਂ ਕੱਢ ਦਿੱਤੀਆਂ ਸਾਨੂੰ ਇੱਕ ਨਿਆਰਾਪਣ ਦਿੱਤਾ ਜੇ ਅਸੀਂ ਆਪਣੇ ਆਪ ਨੂੰ ਨਿਆਰਾਪਣ ਸਮਝਦੇ ਹਾਂ ਵੇਖੋ ਇੱਕ ਜਮਾਨਾ ਸੀ ਜਦੋਂ ਆਨੰਦ ਕਾਰਜ ਹੁੰਦਾ ਸੀ ਨਾ ਦੁਨੀਆ ਖਲੋਕੇ ਵੇਂਦੀ ਸੀ ਕਿ ਅੱਜ ਸਿੱਖ ਦਾ ਆਨੰਦ ਕਾਰਜ ਹੋਣਾ ਇਹਨਾਂ ਦੀ ਜ਼ਿੰਦਗੀ ਇੱਕ ਇਹੋ ਜਿਹੀ ਆ ਆਨੰਦ ਕਾਰਜ ਇਹਨਾਂ ਪਿਆਰਾ ਤੇ ਨਿਰਮਲ ਕਰਦੇ ਹਰ ਇੱਕ ਬੰਦਾ ਉਹਦੇ ਵਿੱਚ ਬੈਠਣਾ ਚਾਹੁੰਦਾ ਸੀ ਅੱਜ ਜਿਹੜਾ ਵਾ ਆਨੰਦ ਕਾਰਜ ਤੇ ਅੱਜ ਸਿਰਫ ਭੇੜਚਾਲ ਬਣ ਆਤੀ ਆ ਸਾਨੂੰ ਜੇ ਤੁਹਾਨੂੰ ਮੈਂ ਇੱਕ ਸੌਖੇ ਲਫ਼ਜ਼ਾਂ ਚ ਕਹਿ ਦਵਾਂ ਗੁਰਮਤ ਦੇ ਵਿੱਚ ਜੋ ਚੀਜ਼ਾਂ ਅਸੀਂ ਕਰ ਰਹੇ ਉਹ ਹੈ ਹੀ ਨਹੀਂ ਹੈਗੀਆਂ ਜਿਹੜੀਆਂ ਚੀਜ਼ਾਂ ਅਸੀਂ ਕਰ ਰਹੇ ਉਹ ਹੈ ਹੀ ਨਹੀਂ ਹੈਗੀਆਂ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਕਰਨੀਆਂ ਉਹ ਸਾਨੂੰ ਪਤਾ ਨਹੀਂਗਾ ਰਾਈਟ ਅਸੀਂ ਕੀ ਕਰਨਾ ਵਾ ਸਾਨੂੰ ਇਹ ਨਹੀਂ ਪਤਾ ਹੁਣ ਅਗਲੀ ਗੱਲ ਮੈਂ ਕਹਿ ਕੇ ਅਗਾਹ ਤੁਰਾਂ ਥੋੜੀ ਜੀ ਜਿਵੇਂ ਛੰਦ ਪੜਨੇ ਹਵਨ ਕਰਨਾ ਹਵਨ ਵੀ ਗੁਰਮਤ ਵਿੱਚ ਮੌਜੂਦ ਨਹੀਂ ਹੈਗਾ ਅੱਜ ਇਹ ਵੀ ਸਾਡੇ ਸਿੱਖ ਪੰਜਾਬੀ ਪਰਿਵਾਰਾਂ ਪਰਿਵਾਰਾਂ ਵਿੱਚ ਹੋ ਰਿਹਾ ਗੱਲ ਇਹ ਕੀ ਅਸੀਂ ਨਾ ਨਿਕਿ ਨਿਕੇ ਪ੍ਰੋਗਰਾਮ ਜੋੜਦੇ ਆਂ ਜੋੜਦੇ ਆਂ ਜਿਵੇਂ ਹੁਣ ਬੈਚਲਰ ਪਾਰਟੀ ਆ ਇਹ ਚੀਜ਼ਾਂ ਪੱਛਮੀ ਸਭਿਅਤਾ ਦੀਆਂ ਪਰ ਅੱਜ ਸਾਡੇ ਸਿੱਖ ਨੌਜਵਾਨਾਂ ਦੇ ਵਿੱਚ ਵੀ ਉਹ ਪਾਰਟੀਆਂ ਜੁੜ ਗਈਆਂ ਲੇਕਿ ਨਿੱਕੇ ਨਿੱਕੇ ਫੰਕਸ਼ਨ ਐਡ ਕਰਦੇ ਕਰਦੇ ਅਸੀਂ ਉਹ ਫੰਕਸ਼ਨ ਮਾੜੇ ਨਹੀਂ ਸੀ ਜੀ ਉਹ ਫੰਕਸ਼ਨ ਕਿਤੇ ਸੀ ਵੀ ਚਲੋ ਕਿਸੇ ਤਰੀਕੇ ਨਾਲ ਚਾਰ ਬੰਦੇ ਬਹਿ ਕੇ ਹਾਸਾ ਮਖ ਪਵੇ ਲੇਕਿਨ ਇਹ ਛੋਟੇ ਛੋਟੇ ਫੰਕਸ਼ਨਸ ਨੂੰ ਇਕੱਠੇ ਕਰਕੇ ਜੋ ਹੈ ਜੋ ਮੇਨ ਮਕਸਦ ਹੈ ਉਸ ਤੋਂ ਅਸੀਂ ਦੂਰ ਜਾ ਰਹੇ ਹਾਂ ਇਸ ਨੂੰ ਅਸੀਂ ਅਗਲੇ ਹਫ਼ਤੇ ਕੰਟੀਨਿਊ ਕਰਾਂਗੇ ਸਮਨਿਆ ਅੱਗੇ ਦੇ ਰਹਿ ਕੇ ਹੋਰ ਗੱਲਬਾਤ ਕਰੀਏ ਧੰਨਵਾਦ ਇੱਥੇ ਆ ਕੇ ਸਿੱਖ ਰਹਿਤ ਮਰਾਜ਼ਾ ਦੇ ਵਿੱਚ ਆਨੰਦ ਕਾਰਜ ਦਾ ਜਿਹੜਾ ਕਨਸੈਪਟ ਉਸ ਨਾਲ ਜੋੜਨ ਲਈ ਵਾਹਿਗ आनंद मैरिज एक्ट दा वीगेसी गल करंगे जरूर आन वाले प्रोग्राम्स जिस विच के हुन बहुत ज्यादा जोर ਦਿੱਤਾ ਜਾ ਰਿਹਾ ਹੈ ਕਿ आनंद मैरिज एक्ट अधीन ही ਵਿਆਹ ਹੋਇਆ ਕਰੇ ਲੇਕਿਨ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ आनंद कारक जो है जेकर ਇਸਦਾ ਜੋ ਮਹੱਤਤਾ ਹੈ ਉਸ ਨੂੰ ਹੀ ਅਸੀਂ ਭੁੱਲ ਜਾਾਂਗੇ ਤੇ ਇਸ ਨੂੰ ਸਿਰਫ ਇੱਕ ਰਸਮ ਵਜੋਂ ਟ੍ਰੀਟ ਕਰਾਂਗੇ ਤਾਂ ਫਿਰ ਕੀ ਉਪਲਬਧੀ ਹੋਏਗੀ ਕਿਉਂਕਿ ਸਾਨੂੰ ਸਮਝ ਨਹੀਂ ਪੈ ਰਹੀ ਇਸੇ ਕਾਰਨ ਅੱਜ ਅਸੀਂ ਵੇਖ ਰਹੇ ਹਾਂ ਕਿ ਸਾਡੇ ਆਨ ਵਾਲੀ ਪਨੀਰੀ ਜਿਹੜੀ ਹੈ ਉਹਦੇ ਵਿੱਚ ਡਾਈਵੋਰਸ ਰੇਟਸ ਬਹੁਤ ਵਧੇ ਜਾ ਰਹੇ ਨੇ ਕਿਉਂਕਿ ਅਸੀਂ ਦੱਸ ਹੀ ਨਹੀਂ ਸਕਰੇ ਕਿ ਇਹਨਾਂ ਚੀਜ਼ਾਂ ਦੀ ਕੀ ਮਹੱਤਤਾ ਹੈ ਤੁਹਾਡੇ ਕੋਲ ਕੋਈ ਸਵਾਲ ਹੋਵੇ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ 604 603 7555 ਦੇ ਉੱਤੇ ਜਾਂ ਫਿਰ ਈਮੇਲ ਰਾਹੀਂ harpreet@recalltv.com ਇਹ ਸਵਾਲ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਕੋਲ ਜਿਹੜੇ ਜਵਾਬ ਹੋਣਗੇ ਇਹਨਾਂ ਦੇ ਭਾਈ ਸਾਹਿਬ ਤੋਂ ਲੈ ਕੇ ਤਾਂ ਕਿ ਤੁਹਾਨੂੰ ਵੀ ਜੇਕਰ ਕੋਈ ਕਲੀਅਰਿਫਿਕੇਸ਼ਨ ਚਾਹੀਦੀ ਹੈ ਤਾਂ ਉਹ ਮਿਲੇ ਲੇਕਿਨ ਸਭ ਤੋਂ ਵਧੀਆ ਚੀਜ਼ ਹੈ ਕਿ ਜਾ ਕੇ ਕਿਸੇ ਵੀ ਗੁਰਦੁਆਰੇ ਸਾਹਿਬ 'ਚੋਂ ਇਹ ਸਿੱਖ ਰਹਿਤ ਮਰਿਆਦਾ ਦੇ 30 35 ਪੇਜ ਦੀ ਜਿਹੜੀ ਇਹ ਕਿਤਾਬ ਹੈਗੀ ਏ ਇਸ ਨੂੰ ਲਿਆਓ ਆਪਣੇ ਘਰ ਵਿੱਚ ਆਪ ਪੜੋ ਤੇ ਆਪ ਨਿਰਣਾ ਕਰੋ ਕਿ ਕੀ ਤੁਸੀਂ ਸਿੱਖ ਰਹਿਤ ਮਰਿਆਦਾ ਅਨੁਸਾਰ ਕੋਈ ਵੀ ਕੰਮ ਜਿਹੜਾ ਕਰ ਰਹੇ ਹੋ ਉਹ ਹੈ ਕਿ ਨਹੀਂ ਹੈ ਤੁਹਾਨੂੰ ਫਿਰ ਮੁਲਾਕਾਤ ਕਰਾਂਗੇ ਜੀ ਤਦ ਤੱਕ ਖੁਦਾ ਹਾਫਿਜ਼